ਕਾਫਲਾ ਹੋਣਾ ਉੱਥੇ ਕੋਈ 2-4 ਲੱਖ ਦਾ ਇਕੱਠਾ ਹੋਇਆ ਵਾ। ਚੰਗੀ ਆਵਾਮ ਇਕੱਠੀ ਹੋ ਗਈ, ਬਹੁਤ ਕੋਈ 40-40 ਮੀਲ ਤੱਕ ਦੁਨੀਆ ਇਕੱਠੀ ਹੋ ਗਈ ਨਾ। ਜਿੱਦਾਂ ਜਿੱਦਣ ਉਹ ਆਇਆ, ਇੱਧਰ ਇੱਧਰ ਇਹ ਆ ਗਏ, ਉੱਧਰ ਦੇ ਸਾਰੇ ਆ ਗਏ ਉੱਥੇ। ਉਹ ਫਿਰ ਟ੍ਰੇਨ ਹੋਣੀ ਲੰਮੀ, ਕੋਈ 2-3 ਮੀਲ ਲੰਮੀ, ਉਹਦੇ ਦੁਨੀਆ ਉੱਤੇ ਲੱਟ ਗਈ, ਥੱਲੇ ਵੜ ਗਈ, ਕਿਹੜੇ ਛੱਤ 'ਤੇ ਵੀ ਚਾਰ ਸਕੇ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਘੁੰਮ ਗਏ ਕਰਾਂ ਦੇ ਬਾਰਨੀ। ਕੰਪ ਮਰਿਆ ਉਹਦੇ, ਪਾਣੀ ਨਹੀਂ ਸੀ ਪੀਂਦੇ ਤੇ ਜ਼ਹਿਰ ਪਾ ਦਿੱਤੀ। ਕਹਿੰਦੇ ਜੀ ਸਾਡੇ ਰਾਹ 'ਚ ਮਰ ਗਏ, ਕੋਲ ਰਾਹ 'ਚ ਉੱਥੇ ਵੱਢੇ ਗਏ, ਇਸ ਤਰ੍ਹਾਂ ਰਿਹਾ। ਅਤੇ ਸਾਡੀ ਤਾਈ ਸੀ, ਉਹ ਮਰ ਗਈ ਉੱਥੇ, ਇਸ਼ਾ ਦਾ ਟਾਈਮ ਸੀ, ਉੱਥੇ ਗਿਆ ਸੀ ਸਾਡੇ ਕੋਲ, ਉਹ ਪਤਾ ਨੂੰ ਕਰਕੇ ਪੱਤੇ ਪੁੱਤੇ ਜੀ ਉੱਤੇ ਦੇ ਦਿੱਤੇ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ। ਮੈਂ ਕਹਿੰਦਾ ਵੀ ਉਹ ਟਾਈਮ ਨਾ ਦਿਖਾਵੇ ਕਿਸੇ ਨੂੰ ਜਿਹੜਾ ਉਹ ਸੀ। ਉਦੋਂ ਜਨਾਨੀਆਂ ਬੱਚਿਆਂ ਨੂੰ ਗੋਦੀ 'ਚੋਂ ਖੂਹਾਂ ਸਿੱਟ ਦਿੰਦੀਆਂ ਸੀ ਵੀ ਸਾਡੀ ਜਾਨ ਬਚ ਜਾਵੇ। 2.5 ਮਹੀਨੇ ਬਾਅਦ ਉੱਧਰ ਉੱਜੜੇ, 2.5 ਮਹੀਨੇ ਬਾਅਦ ਇੱਥੇ ਪਹੁੰਚੀਆਂ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਯਾਦ ਤੇ ਹੁਣ ਤਾਂ ਉਦੋਂ ਤਾਂ ਯਾਦ ਆ ਕੇ ਰੋਣਾ ਆ ਜਾਂਦਾ। ਉਹ ਪਿੱਪਲਾਂ ਦੀ ਛਾਵੇਂ ਓਤੀਆਂ ਦੇ ਮੇਲੇ। ਅਸਲਾਮ ਅਲੈਕੁਮ ਪੰਜਾਬੀ ਲਹਿਰ ਦੀ ਟੀਮ, ਜਿੱਥੇ ਪੰਜਾਬ ਜਾਂ ਓਵਰਆਲ ਪਾਕਿਸਤਾਨ ਦੀਆਂ ਮੁਖਤਲਿਫ ਜਗ੍ਹਾ 'ਤੇ ਮੁਖਤਲਿਫ ਪਿੰਡਾਂ ਦੇ ਵਿੱਚ ਜਾ ਕੇ 1947 ਵੰਡ ਦੀਆਂ ਕਹਾਣੀਆਂ ਜਿਹੜੀਆਂ ਵਾ ਤੁਹਾਡੇ ਤੱਕ ਲੈ ਕੇ ਆਈ ਦੀਆਂ ਵਾ, ਉਹਨਾਂ ਨੂੰ ਰਿਕਾਰਡ ਕਰਕੇ ਕੋਸ਼ਿਸ਼ ਕਰੀ ਦੀ ਆ ਪ੍ਰਿਜ਼ਰਵ ਕਰਨ ਨੂੰ ਇਹਨਾਂ ਬਜ਼ੁਰਗਾਂ ਨੂੰ। ਜੇ ਮੈਂ ਇਹਨਾਂ ਨਾਲ ਵੀ ਬਣੀ ਅਤੇ ਗੱਲ ਰੱਬ ਨੂੰ ਵੀ ਜਾਣਾ ਤਾਂ ਸਾਰੇ ਹੀ ਹੈ, ਇਹ ਬਜ਼ੁਰਗ ਜਿਹੜੇ ਵਾ ਇਹ ਅਨਮੋਲ ਤੋਹਫਾ ਨੇ ਸਾਡੇ ਵਾਸਤੇ। ਇਹਨਾਂ ਇੱਥੇ ਕਿਸੇ ਨੇ ਨਹੀਂ ਬੈਠੇ ਰਹਿਣਾ, ਇੱਥੇ ਸਾਰਿਆਂ ਜਾਣਾ। ਇਹ ਬਜ਼ੁਰਗ ਵੀ 5-7-10 ਸਾਲ ਸਾਡੇ ਕੋਲ ਨੇ, ਸਾਡਾ ਬੜਾ ਕੀਮਤੀ ਅਹਿਸਾਸਾ ਨੇ। ਬਜ਼ੁਰਗ ਸਾਡੇ ਨਾਲ ਬੈਠੇ ਨੇ, ਇਸ ਤਰ੍ਹਾਂ ਦੀ ਕਹਾਣੀ ਉਹਨਾਂ ਦੇ ਕੋਲ ਆ, ਉਹਨਾਂ ਕੋਲ ਪੁੱਛਣ ਦੀ ਕੋਸ਼ਿਸ਼ ਕਰਾਂਗੇ, ਉਹ ਦਾਸਤਾਨ ਉਹ ਕਹਾਣੀ ਉਜਾੜਿਆ ਦੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ, ਰਹਿਮਤ ਖੁਦਾ ਦੀ। ਮੇਰੇ ਕੋਲ ਉਮਰ ਤਾਂ ਵਾਹਵਾ ਲੱਗਦੀ ਆ, ਉਹ 8 ਸਾਲ ਦੀ ਹੋ ਗਈ ਹੁਣ ਨਹੀਂ ਉੱਥੇ। ਮੈਂ ਕਹਿ ਰਿਹਾ ਉਹਦਾ ਹੁਣ 80 ਸਾਲ ਨੂੰ ਪਹੁੰਚਿਆ ਵਾ। ਅੱਛਾ ਅੱਛਾ, ਉਹਦਾ ਤਾਂ 80 ਸਾਲ ਨੂੰ ਪਹੁੰਚਿਆ। 80 ਸਾਲ ਹੋ ਗਈ ਆ। ਇੱਕ ਕਿਹੜਾ ਸੀ ਪਿੱਛੇ ਆਪਣਾ ਟਿਕਾਣਾ? ਟਿਕਾਣਾ ਜ਼ਿਲ੍ਹਾ ਅੰਬਾਲੇ 'ਚ ਸੀ, ਤਹਿਸੀਲ ਖੈੜ 'ਚ। ਪਿੰਡ ਆਪਣਾ ਤਿਉੜ। ਹਾਂ, ਪਿੰਡ ਭੋਲੀਆਂ ਬਾਬਾ ਨੂੰ ਯਾਰ ਆ। ਉਹ ਹੁਣ ਜ਼ਮਾਨੇ ਲੰਘ ਗਏ। ਕਰਾਲੀ ਤੋਂ 3-2 ਮੀਲ ਹਟਵਾ ਸੀ, ਕਰਾਲੀ ਸ਼ਹਿਰ ਤੋਂ ਗੱਡੀ ਜਾਂਦੀ ਸੀ ਉੱਥੇ। ਨਾਂ ਕੀ ਤੁਹਾਡਾ? ਮੇਰਾ ਫਜ਼ਲਦੀਨ ਹੈ। ਫਜ਼ਲਦੀਨ ਅੱਬਾ ਜੀ ਦਾ? ਜਮਾਲਦੀਨ। ਜਮਾਲਦੀਨ ਤੇ ਗੱਲਾਂ ਗੁੱਲਾਂ ਪਿਛਲੀਆਂ ਯਾਦ ਹੈ ਕੋਈ ਨਹੀਂ? ਹੈ ਹੀ ਆ, ਜਿਹੜੇ ਉਸ ਵੇਲੇ ਸਾਡੇ ਨਾਲ ਬੀਤਦੀਆਂ ਰਹੀਆਂ ਉਹ ਹੀ ਯਾਦ ਹੈ। ਯਾਦ ਨੇ, ਉਹ ਤਾਂ ਯਾਦ ਹੈ। ਅੱਛਾ, ਪਿੰਡ ਫੇਰ ਦੱਸਿਓ ਮੈਨੂੰ, ਭੁੱਲ ਗਿਆ ਕਿਹੜਾ ਪਿੰਡ? ਤਿਉੜ। ਤਿਉੜ, ਲਾਗੇ ਕਿਹੜਾ ਕਿਹੜਾ ਸੀ ਪਿੰਡ? ਲਾਗੇ ਸਾਡੇ ਬਹੁਤ ਪਿੰਡ ਸੀ, ਸਿਆਮੀ ਪਰ, ਟੱਪਰੀਆਂ, ਹਲਾਲ ਪਰ, ਇੱਧਰ ਇੱਦਾਂ 5-7 ਪਿੰਡ ਸੀ। ਸਾਰਿਆਂ ਦਾ ਨਾਂ ਤਾਂ ਨਹੀਂ ਹੁਣ ਆਉਂਦਾ, ਇੱਦਾਂ ਹੀ ਯਾਦ ਨੇ। ਹਾਂ, ਇੱਦਾਂ ਹੀ ਸਾਰੇ ਪਿੰਡ ਸੀ ਨਾਲ ਨਾਲ। ਪੜ੍ਹੇ ਪੁੜੇ ਕਿ ਕੋਈ ਨਹੀਂ? ਨਹੀਂ ਨਹੀਂ, ਪੜ੍ਹੇ ਪੁੜੇ ਕੋਈ ਨਹੀਂ, ਜਦ ਤਾਂ ਖੇਡਦੇ ਹੀ ਸੀ, ਖੇਡਦੇ ਆ ਗਏ। ਹਾਂ, ਉਜੜੇ ਆਏ ਉੱਧਰ। ਅੱਛਾ ਅੱਛਾ, ਦੁਨੀਆਂ 'ਚ ਕਿਹੜੀ ਬਰਾਦਰੀ? ਗੁੱਜਰ ਪਟਾਵੇ। ਗੁੱਜਰ, ਅਤੇ ਉੱਧਰ ਵਾਹਵਾ ਪਿੰਡ ਸੀ ਗੁੱਜਰਾਂ ਦੇ ਉਦੋਂ ਸਾਡੇ ਲਾਗੇ? ਸਾਤੋਂ ਹਟਵੇਂ ਸੀ ਇੱਥੇ, 15-16 ਪਿੰਡ ਚੁਣੀਆਂ 'ਚ ਬੈਠੇ ਇਕੱਠੇ। ਅਸੀਂ ਇਕੱਲੇ ਇਕੱਲੇ ਹੀ ਸੀ, ਹਟਵੇਂ ਹਟਵੇਂ ਵਾਹਵਾ ਸੀ ਪਿੰਡ ਉੱਧਰ ਵੀ ਤੁਹਾਡੇ? ਹਾਂ, ਉੱਧਰ ਵੀ ਬਥੇਰੇ। ਅਤੇ ਉੱਧਰ ਆਪਣਾ ਕੰਮ ਕਾਰੋਬਾਰ ਮੱਝਾਂ ਮੁੱਝਾਂ ਦਾ ਸੀ? ਨਹੀਂ, ਬਾਈ ਵੀ ਸੀ। ਬਾਈ ਵੀ ਮੱਝਾਂ ਤਾਂ ਆਪਣੇ ਵਰਤਣ ਯੋਗੀਆਂ ਸੀ ਨਾ। ਠੀਕ ਠੀਕ, ਬਾਈ ਸੀ ਠੀਕ ਠਾਕ। ਅੱਛਾ, ਵੱਡੇ ਵੀ ਆਪਣੇ ਵਾਹੀ ਕਰਦੇ? ਵਾਹੀ ਕਰਦੇ, ਪੂਰਾ ਵਾਹੀ ਕੀਤੀ। ਪਿੰਡ ਦੇ ਵਿੱਚ ਕਹਿੰਦੇ ਮੁਸਲਮਾਨਾਂ ਦੇ ਸੀ ਘਰ? ਨਹੀਂ, ਰਲਵੇਂ ਸੀ। ਕਿਤੇ ਕਿਤੇ ਗੁੱਜਰ ਸੀ, 10-15 ਘਰ, ਅਤੇ 2 ਘਰ ਸਰਦਾਰਾਂ ਦੇ ਸੀ ਇਹਨਾਂ ਦੇ। ਅੱਛਾ, ਯਾਨੀ 2 ਘਰ ਇਹਨਾਂ ਦੇ ਸੀ, ਰਾਈ ਅਸਰ ਰਲਵੇਂ ਸੀ ਨਾ, ਜਿੱਦਾਂ ਸਾਂਝੇ ਬੈਠੀ ਸੀ ਦੁਨੀਆ ਬੈਠੀ ਸੀ। ਜਿਹੜੇ 2 ਘਰ ਉੱਥੇ ਸਿੱਖਾਂ ਦੇ ਰਹਿੰਦੇ ਸੀ, ਉਹਨੂੰ ਜਾਣਦੇ ਹੋ? ਹਾਂ ਹਾਂ, ਉਹਨਾਂ ਦੇ ਨਾਮ ਸੀ? ਉਹਨਾਂ ਦਾ ਇੱਕ ਦਾ ਨਾ ਫੀਕੂ ਸੀ, ਇੱਕ ਦਾ ਨਾ ਆਪਣਾ ਸਰਦਾਰਾ ਸੀ। ਅੱਛਾ, ਇੱਦਾਂ 4 ਭਰਾ ਸੀ, ਇੱਕ ਤਾਂ ਮਾਰ ਦਿੱਤਾ ਸੀ ਉਹਨੇ ਪਹਿਲਾਂ ਹੀ, ਆਪਸ ਵਿੱਚ ਮਰ ਗਏ ਸੀ। ਅੱਛਾ, 3 ਸੀ ਉਹ। ਆਪਸ ਹੀ ਲੜਾਈ ਸੀ? ਆਪਸ ਹੀ ਲੜਾਈ ਕਿਤੇ। ਬਾਕੀ 3 ਹਜ਼ਾਰ ਸੀ ਵੱਡੇ ਸੀ ਉਹਨਾਂ ਦੇ। ਹਾਂ, ਵੱਡੇ ਉਹ ਤੁਹਾਡੇ ਹਾਣ ਦੇ ਨਿਆਣੇ ਵੀ ਹੋਣੇ?
ਸਾਡੇ ਨਾਲ ਦੇ ਨਿਆਣੇ ਖੇਡਦੇ ਰਹੇ ਸਾਡੇ ਨਾਲ ਇੱਦਾਂ ਹੁਣ ਉਹ ਛੋਟੇ ਉਹਨਾਂ ਦਾ ਕੀ ਨਾਮ ਹੈ ਉਹਨਾਂ ਦੇ ਨਾਮ ਭੁੱਲ ਭੱਲ ਕੇ ਬੜੀ ਦੇਰ ਹੋ ਗਈ ਅੱਜ ਖੇਡਦੇ ਰਹੇ ਅਸੀਂ ਇੱਦਾਂ ਇਕੱਠੇ 70 ਸਾਲ ਹੋ ਗਏ ਇਕੱਠੇ ਖੇਡਦੇ ਰਹੇ ਠੀਕ ਠੀਕ ਹਾਂ ਸ਼ਾਮ ਨੂੰ ਸੁਬਾਹ ਨੂੰ ਪਿੰਡ ਦਾ ਨੰਬਰਦਾਰ ਮੁਸਲਮਾਨਾਂ ਦਾ ਹੀ ਸੀ ਨਹੀਂ ਰਜਪੂਤ ਸੀ ਨੰਬਰਦਾਰ ਸੀ ਤੇ ਸਕੂਲ ਵਿੱਚ ਸੀ ਪਿੰਡ ਦੇ ਨਾਲ ਹੀ ਜਿੱਦਾਂ ਨਾਲ ਹੀ ਪਿੰਡ ਹਿੰਦੂ ਰਜਪੂਤ ਸੀ ਹਿੰਦੂ ਰਜਪੂਤ ਉਹਦਾ ਕੀ ਨਾਂ ਉਹਨਾਂ ਦੇ ਨਾਂ ਨੂੰ ਭੁੱਲ ਗਏ ਕਿੰਨੇ ਘਰ ਸੀ ਹਿੰਦੂਆਂ ਦੇ ਉੱਥੇ ਹਿੰਦੂਆਂ ਦੇ ਕਿੰਨੇ ਘਰ ਸੀ ਪਿੰਡ ਆਪਣੇ ਪਿੰਡ ਦੇ ਤਿੰਨ ਹਿੱਸੇ ਉਹਨਾਂ 'ਚ ਸੀ ਇੱਕ ਹਿੱਸਾ ਮੁਸਲਮਾਨਾਂ ਕੋਲ ਰਲਵੇਂ ਸੀ ਚੂੜੇ ਚਮਾਰ ਅਲੱਗ ਅਲੱਗ ਲੋਕ ਸੀ ਅਤੇ ਹਿੰਦੂਆਂ ਨਾਲ ਕਿਸ ਤਰ੍ਹਾਂ ਸੀ ਵਸੇਬ ਇੱਦਾਂ ਹੀ ਜਿੱਦਾਂ ਉਹ ਇੱਦਾਂ ਹੀ ਵੱਸਦੇ ਸੀ ਜਿੱਦਾਂ ਹੁਣ ਅਸੀਂ ਬੈਠੇ ਗੱਲਾਂ ਕਰਦੇ ਵਿਆਹ ਸ਼ਾਦੀਆਂ ਸਾਰੇ ਬੜੇ ਜਿਹੜੇ ਸਾਡੇ ਸਿਆਣੇ ਆਉਂਦੇ ਜਾਂਦੇ ਸੀ ਸਾਰਾ ਉਹਨਾਂ ਨਾਲ ਲੈਣ ਦੇਣ ਹਰ ਗੱਲ ਉਹਨਾਂ ਨਾਲ ਤੁਸੀਂ ਵੀ ਜਾਂਦੇ ਸੀ ਮੁਸਲਮਾਨ ਵੀ ਵੀਰ ਉਹਨਾਂ ਕੋਲ ਜਾਂਦੇ ਸੀ ਕੋਈ ਦੀਵਾਲੀ ਹੋਣੀ ਕੋਈ ਦੀਵਾਲੀ ਦੂਣੀ ਦੀਵੇ ਬਾਲਦੇ ਸੀ ਅੱਛਾ ਹਿੰਦੂ ਬਾਹਰ ਪੈਲੀਆਂ ਨੀ ਅੱਛਾ ਪੈਲੀਆਂ ਦੀਵੇ ਬਾਲਨੇ ਉਹਨੇ ਦੀਵਾਲੀ ਨੂੰ ਅੱਛਾ ਤੇ ਫਿਰ ਦੁਸਹਿਰਾ ਆ ਗਿਆ ਉਹਨੂੰ ਕਮਾਲ ਕਮੂਦ ਦਾ ਜਿਹੜਾ ਉਹਨਾਂ ਦਾ ਹਿਸਾਬ ਕਿਤਾਬ ਸੀ ਅੱਛਾ ਉਦੋਂ ਕਰਦੇ ਸੀ ਤੇ ਬਾਕੀ ਉਹਨਾਂ ਦਾ ਚਖੰਡੀ ਉਹਨਾਂ ਨੇ ਅਲੈਦਾ ਬਣਾਈ ਹੋਈ ਜਿਹਨੇ ਉਹਨਾਂ ਉੱਥੇ ਬਹਿਣਾ ਖਲੋਣਾ ਜਨ ਬਰਾਤ ਉਤਰਨੀ ਸਾਡੀ ਅਲੈਦਾ ਇਸ ਤਰ੍ਹਾਂ ਸੀ ਜਿੱਦਾਂ ਉਹਦੇ ਵੀ ਉਹਦੇ ਤਾਂ ਹੁਣ ਇਕੱਠੇ ਹੀ ਹੈ ਨਾ ਇੱਕੋ ਹੀ ਆ ਮਸੀਤ ਅੱਲਾ ਦੀ ਘਰ ਦੀ ਉੱਥੇ ਅਲੈਦਾ ਅਲੈਦਾ ਸੀ ਸਾਰੇ ਅਤੇ ਉਹ ਵੀ ਈਦ 'ਤੇ ਜਾਂ ਆਪਣਾ ਕੋਈ ਪ੍ਰੋਗਰਾਮ ਹੁੰਦਾ ਸੀ ਅਤੇ ਉਹ ਵੀ ਆਉਂਦੇ ਸੀਗੇ ਹਾਂ ਇਸ ਤਰ੍ਹਾਂ ਹੀ ਆਉਂਦੇ ਸੀ ਉਹ ਰਾਸ਼ਨ ਸਾਡੇ ਇਹ ਦੱਸਦੇ ਸਾਡੇ ਸਿਆਣੇ ਵੀ ਜਦੋਂ ਅਸੀਂ ਵਿਆਹ ਸ਼ਾਦੀ ਜਾਣਾ ਨਾ ਜਿਹੜਾ ਉੱਥੇ ਮੁਸਲਮਾਨਾਂ ਦਾ ਘਰ ਹੈ ਸਾਡਾ ਰਾਸ਼ਨ ਉਹਨੇ ਉੱਥੇ ਦੇਣਾ ਅੱਛਾ ਉਹਨਾਂ ਨੇ ਤੇਰੀ ਬਰਾਦਰੀ ਨੇ ਅੱਛਾ ਰਾਸ਼ਨ ਉੱਥੇ ਦੇਣਾ ਦਿਹਾੜੀ ਦੋ ਦੋ ਜਨਾ ਦੋ ਦੋ ਤਿੰਨ ਤਿੰਨ ਜਨਾ ਰਹਿੰਦੀਆਂ ਸੀ ਉਹ ਕਿਹੜੇ ਚਾਹ ਹੁਣ ਤਾਂ ਚਾਹ ਦਿਹਾੜੀ ਹੈ ਨਾ ਸਭ ਕੁਛ ਅਤੇ ਉਹਨਾਂ ਨੂੰ ਰਾਸ਼ਨ ਉੱਧਰ ਦੇਣਾ ਮਜ਼ਾ ਨਹੀਂ ਉਹਦਾ ਰਾਸ਼ਨ ਜਿਹੜੇ ਜਾਣੇ ਨਾ ਮੁਸਲਮਾਨ ਉਹਨਾਂ ਨੇ ਰਾਸ਼ਨ ਉੱਧਰ ਦੇਣਾ ਉਹਨਾਂ ਨੇ ਮੁਸਲਮਾਨਾਂ ਦੇ ਘਰ ਦੇਣਾ ਉਹਨਾਂ ਨੇ ਪਕਾਉਣਾ ਉੱਧਰ ਖਾਣਾ ਰਹਿਣਾ ਨਾਲ ਉਹਨਾਂ ਦੇ ਰਹਿਣਾ ਉੱਧਰ ਹਾਂ ਬਹਿਣਾ ਖਲੋਣਾ ਇਕੱਠਾ ਹੀ ਸੀ ਉਹਨਾਂ ਦਾ ਸਾਰਾ ਹਿੰਦੂਆਂ ਦੇ ਨਾਮ ਕੋਈ ਚੇਤੇ ਨੇ ਹਿੰਦੂਆਂ ਦੇ ਨਾਮ ਕੋਈ ਆਉਂਦੇ ਨੇ ਹਿੰਦੂਆਂ ਦੇ ਨਾਮ ਵੀ ਹੁਣ ਤਾਂ ਬੜੀ ਦੇਰ ਹੋ ਗਈ ਅੱਛਾ ਉਹਨਾਂ ਦੇ ਨਾਮ ਬੜਿਆਂ ਦੇ ਨਾਂ ਸੀ ਜਦ ਤਾਂ ਬੱਚੇ ਸੀ ਅਸੀਂ ਖੇਡਦੇ ਸੀ ਉਹਨਾਂ ਦਾ ਮੈਨੂੰ ਪਤਾ ਸਰਦਾਰ ਸੀ ਨਾ ਜਿਹੜੇ ਦੋ ਘਰ ਉਹ ਸਾਤੋਂ ਹਟਵੇਂ ਸੀ ਇਸ ਤਰ੍ਹਾਂ ਬੱਚੇ ਦੇ ਉਹ ਨਿਆਣੇ ਸਾਡੇ ਨਾਲ ਖੇਡਦੇ ਸੀ ਐਡੇ ਨਿਆਣੇ ਐਡੇ ਦਿਆ ਨਹੀਂ ਕਦੇ ਛੋਟੇ ਨਿਆਣੇ ਐਡੇ ਨਿਆਣੇ ਸਾਡੇ ਖੇਡਦੇ ਰਹੇ ਇੱਕ ਉਹਦਾ ਇਲਾਜ ਸੀ ਉਹਨਾਂ ਦਾ ਸਰਦਾਰ ਸੀ ਜਿਹੜਾ ਸੀ ਅੱਛਾ ਉਹਦੇ ਸੀ ਪੰਜ ਸੱਤ ਮੁੰਡੇ ਹੋਰ ਨਹੀਂ ਕਿਸੇ ਦੁਨੀਆਂ ਦੇ ਨਹੀਂ ਸੀ ਅਸੀਂ ਅੱਛਾ ਹਾਲਾਤ ਜਿਵੇਂ ਅੱਗੇ ਪੁੱਛਣ ਡਿਆ ਸਾ ਵੀ ਕਿਵੇਂ ਦੇ ਸੀ ਉਦੋਂ ਤੁਸੀਂ ਨਮਾਜ਼ ਨੂੰ ਵੀ ਪੜ੍ਹਨ ਸਾਰੀ ਗੱਲ ਈਦ ਆਉਂਦੀ ਸਾਡੇ ਸਿਆਣੇ ਪੜ੍ਹਦੇ ਸੀ ਇਹ ਸਾਰਾ ਕੁਛ ਐਸੀ ਮਸਜਿਦ ਤਾਂ ਹੈਗੀ ਸੀ ਪਿੰਡ ਦੇ ਵਿੱਚ ਕੋਈ ਨਹੀਂ ਨਹੀਂ ਚੌਂਤਲਾ ਸੀ ਬੜਾ ਮਸਜਿਦ ਬਣਨੀ ਸੀ ਅਜੇ ਠੀਕ ਹੈ ਹਾਂ ਤਾਂ ਕੋਈ ਮੈਂ ਪੁੱਛਦਾ ਅੱਗੇ ਵੀ ਪੁੱਛਣ ਡਿਆ ਉਹਨਾਂ ਨੂੰ ਕੋਈ ਡੱਕ ਭਰਾਈ ਤਾਂ ਕੋਈ ਨਹੀਂ ਨਹੀਂ ਕੋਈ ਡੱਕ ਭਰਾਈ ਵੀ ਜਿਵੇਂ ਮਰਜ਼ੀ ਆਪਣਾ ਉਸ ਵੇਲੇ ਕੋਈ ਡੱਕ ਭਰਾਈ ਬਾਅਦ 'ਚ ਹੋਇਆ ਜੋ ਕੁਛ ਹੋਇਆ ਹਾਲ ਉੱਧਰ ਉਹਦੀ ਦੁਨੀਆ ਉਜੜੀ ਨਾ ਬਾਅਦ 'ਚ ਹੋਇਆ ਜੋ ਕੁਛ ਪਹਿਲਾਂ ਕੋਈ ਨਹੀਂ ਸੀ ਪਹਿਲਾਂ ਕੋਈ ਨਹੀਂ ਨਹੀਂ ਕੋਈ ਨਹੀਂ ਸੀ ਆਉਣਾ ਜਾਣਾ ਘਰਾਂ 'ਚ ਨਿਆਣੇ ਖੇਡਦੇ ਉਹਨਾਂ ਚਲੇ ਜਾਣ ਉੱਧਰ ਉੱਧਰ ਜਿੱਦਾਂ ਮਰਜ਼ੀ ਖੇਡਦੇ ਰਹਿਣ ਉਹ ਕੋਈ ਪਰਹੇਜ਼ ਨਹੀਂ ਸੀ ਅੱਛਾ ਨਿੱਕੇ ਤੋਂ ਫਿਰ ਖੱਤਰੀਆਂ ਦੀ ਕੋਈ ਦੁਕਾਨ ਦੁਕੂ ਤਾਂ ਸਾਰੀ ਗੱਲ ਤੁਹਾਨੂੰ ਯਾਦ ਹੈਗੀ ਸੀ ਦੋਵਾਂ ਦੀ ਦੋ ਖੱਤਰੀਆਂ ਦੀ ਦੁਕਾਨ ਸੀ ਕਿਹਦੀ ਸੀ ਬਾਹਮਣ ਕਹਿੰਦੇ ਸੀ ਉਹਨਾਂ ਨੂੰ ਅੱਛਾ ਨਾਂ ਨਹੀਂ ਹੋਵੇ ਯਾਰ ਨਾਂ ਕਿੱਥੇ ਯਾਰ ਬਾਹਮਣ ਸੀ ਉਹਨਾਂ ਨੇ ਪਿੰਡ ਸਾਰੇ 'ਚ ਨਾ ਪਿੰਡ ਬੜਾ ਤਗੜੇ ਉਹ ਸਾਰੇ 'ਚ ਨਹੀਂ ਸੌਦਾ ਉਹਨਾਂ ਨੇ ਦੇਣਾ ਇਹ ਸਾਡੇ ਸਿਆਣੇ ਗੱਲ ਕਰਦੇ ਵੀ ਜਿਹੜੇ ਉਹਨਾਂ ਨੂੰ ਇੱਕ ਵਾਰੀ ਪੈਸੇ ਲੈ ਲੈਂਦੇ ਸੀ ਨਾ ਉਹਨਾਂ ਕੋਲੋਂ ਉਹ ਵਿਆਜ ਲਾਉਂਦੇ ਸੀ ਵਿਆਜ ਨਹੀਂ ਸੀ ਉਹਨਾਂ ਦਾ ਉਤਰਦਾ ਜਾਣੀ ਉਹ ਜਿਹੜੀ ਫਸਲ ਆਉਣੀ ਨਾ ਸਾਲ ਬਾਅਦ ਉਹਨਾਂ ਚੁੱਕ ਲਿਆਉਣੀ ਉਹ ਹੀ ਮੋੜ ਦੇਈ ਜਾਣੀ ਉਹਨਾਂ ਨੂੰ ਹੈਂਜੀ ਆਹ ਹਿਸਾਬ ਕਿਤਾਬ ਸੀ ਸਿਆਣੇ ਸਾਡੇ ਦੱਸਦੇ ਉਹ ਵਿਆਜ ਨਹੀਂ ਲੱਥਣਾ ਉਹ ਰਹਿਣਾ ਅਤੇ ਜਿਹੜਾ ਨਵਾਂ ਉਹ ਉਹਨੇ ਕੱਟ ਲੈਣਾ ਜਾਂ ਸਾਲ 'ਚ ਬਣਨਾ ਨਹੀਂ ਉਹ ਕੱਟੀ ਜਾਣਾ ਦਾਣਿਆਂ 'ਚ ਦਾਣੇ ਉਹਨਾਂ ਨੂੰ ਫਿਰ ਵਾਪਸ ਦੇਈ ਜਾਣੇ ਉਹਦੇ ਅੱਛਾ ਉਦੋਂ ਵਿਆਜ 'ਤੇ ਪਾਬੰਦੀ ਕੋਈ ਨਹੀਂ ਸੀ ਨਹੀਂ ਕੋਈ ਪਾਬੰਦੀ ਨਹੀਂ ਅੰਗਰੇਜ਼ ਸੀ ਉਹਦੇ ਕੋਈ ਅੰਗਰੇਜ਼ ਗੌਰਮੈਂਟ ਅੰਗਰੇਜ਼ ਉਦੋਂ ਚੱਲਦਾ ਸੀ ਰੂਟੀਨ ਦੇ ਨਾਲ ਸਭ ਕੁਝ ਚੱਲਦਾ ਹੁਣ ਤਾਂ ਪਤਾ ਨਹੀਂ ਉਹਨਾਂ ਦੇ ਇਲਾਕੇ ਦਾ ਕੀ ਹੈ ਹੁਣ ਤਾਂ ਉੱਥੇ ਹਲੇ ਵੀ ਚੱਲਦਾ ਵਾ ਸਾਡੇ ਚਲੋ ਉਹਨਾਂ ਦੇ ਚੱਲਦਾ ਸੀ ਉਹਨਾਂ ਚੱਲਦਾ ਉੱਥੇ ਤਾਂ ਚੱਲਦਾ ਸਾਡੇ ਸਿਆਣੇ ਗੱਲਾਂ ਕਰਦੇ ਸੀ ਵੀ ਜਿਹੜਾ ਇੱਕ ਵਾਰੀ ਉਹਨਾਂ ਕੋਲ ਫਸ ਗਿਆ ਨਾ ਮਤਲਬ ਵਿਆਹ ਸ਼ਾਦੀ ਆ ਗਈ ਕੋਈ ਜ਼ਰੂਰਤ ਪੈ ਗਈ ਪੈਸੇ ਲੈ ਆਇਆ ਉਹਨਾਂ ਕੋਲ ਪੈਸੇ ਦੇਣੇ ਉਹ ਮੁੜ ਕੇ ਉਹਨੂੰ ਵਿਆਜ ਉਹਨਾਂ ਲਾਉਣਾ ਫਿਰ ਉਹ ਨਹੀਂ ਉਤਰਨਾ ਉਹਦੇ ਕੋਲ ਅੱਛਾ ਹੁਣ ਤੁਸੀਂ ਦੱਸ ਦਿਓ ਆਉਣ ਦੀ ਸਟੋਰੀ ਵੀ ਕਿਵੇਂ ਕਿਵੇਂ ਕਿੱਧਰ ਕਿੱਧਰ ਦੀ ਆ ਅਸੀਂ ਜਨਾਬ ਲੋਡਾੜਾ ਸੀ ਜਦੋਂ ਪਿੰਡ 'ਚ ਉਜੜੇ ਅਤੇ ਥੱਲੇ ਸੂਰਜ ਗਿਆ ਅਸੀਂ ਇੱਧਰੋਂ ਹਮਲਾ ਪਿਆ ਕਿਹੜੇ ਪਿੰਡ ਤੋਂ ਜਣੀਆਂ ਇਸ ਪਿੰਡੋਂ ਇਕੱਠਿਆ ਹੋ ਕੇ ਆਏ ਨਾ ਉਹ
ਫਿਰ ਅਸੀਂ ਤਾਂ ਇੱਦਾਂ ਬੱਚੇ ਖੇਡਦੇ ਸੀ ਇੱਦਾਂ ਜਿੱਦਾਂ 8-10 ਨਹੀਂ, ਇੱਦਾਂ ਬਾਹਰ ਦੇ ਬਾਹਰ ਨੱਠ ਗਏ। ਫਿਰ ਰਾਤ ਨੂੰ ਕੁਛ ਸਿਆਣੇ ਸਾਨੂੰ ਰਲੇ, ਕੁਛ ਨਹੀਂ ਰਲੇ, ਅਸੀਂ ਫਿਰ ਉੱਥੋਂ ਤੁਰ ਪਏ ਰਾਤ ਨੂੰ ਲੈ ਕੇ। ਵੀ ਜਾਣੀ ਜਿਸ ਪਾਸੇ ਮੁਸਲਮਾਨ ਦੇ ਬਹੁਤੇ ਪਿੰਡ ਸੀ ਨਾ, ਉੱਧਰ ਚੱਲਦੇ ਹਾਂ, ਉੱਧਰ ਤੁਰ ਪਏ। ਜਦੋਂ ਰਾਤ ਦਾ ਵਜਾ ਨਾ ਕੋਈ 1 ਦਾ ਟਾਈਮ ਹੋਇਆ ਅਤੇ ਸਾਨੂੰ ਜਦ ਹੀ ਪਤਾ ਲੱਗਾ ਜਾਂ 200 ਆਦਮੀ ਦਾ ਹਮਲਾ ਆ ਕੇ ਸਾਨੂੰ ਰੋਕ ਲਿਆ ਉੱਥੇ। ਅੱਛਾ, ਰੋਕ ਕੇ ਬੈਠ ਜਾਓ ਵੀ ਇਕੱਲੇ ਇਕੱਲੇ ਕਰੋ, ਇਹਨਾਂ ਨੂੰ ਮਾਰੋ, ਇਹਨਾਂ ਨੂੰ ਆਹ ਕਰੋ ਉਹ ਕਰੋ। ਹੋਣਾ 100-150 ਬੰਦਾ, ਇੰਨੀ ਸੁਰਤ ਹੈ ਮੈਨੂੰ। ਅਤੇ ਬਲਕਿ ਮੈਂ ਨਾ ਜਦੋਂ ਵਰਸ਼ੇ ਵੁਰਸ਼ੇ ਆਉਂਦੇ ਮੈਂ ਇੱਕ ਦੂਜੇ ਹੋਰ ਲਿਆਉਂਦਾ ਸੀ ਪਹਿਲਾਂ ਮੇਰੇ ਨੇ ਮਾਰ। ਅੱਛਾ, ਹਾਂ ਡਰਦਾ। ਅਤੇ ਇੰਨੇ ਨੂੰ ਅਜੇ ਉਹ ਆਪਣਾ ਸਿਲਸਿਲਾ ਹੀ ਕਰਦੇ ਆ, ਉਹਨਾਂ ਇੱਦਾਂ ਲਾਈਨਾਂ 'ਚ ਬਿਠਾ ਲਿਆ ਸਾਨੂੰ। ਅਤੇ ਇੰਨੇ 2 ਘੋੜੀਆਂ ਵਾਲੇ ਆ ਗਏ, ਅੱਲਾ ਦੀ ਯਾਦ ਭੇਜਣ ਵਾਲੀ ਆ, 2 ਘੜੀਆਂ। ਉਹਨੇ ਕਿਹਾ ਪਿੱਛੇ ਹਟ ਜਾਓ ਸਾਰੇ, ਜਿੱਦਾਂ ਨਹੀਂ ਐਂ ਖੜੇ ਸੀ ਉਹ ਆਲੇ ਦੁਆਲੇ, ਉਹ ਆਪਸ ਵਿੱਚ ਝਗੜਦੇ ਸੀ। ਉਹਦੇ ਉਹਨੇ ਕਿਹਾ ਗੱਲ ਸੁਣੋ, ਇਹ 200 ਬੱਚਾ ਜੀ ਹੈ ਨਾ ਜਿਹੜਾ, ਅਸੀਂ ਮਰਨ ਨਹੀਂ ਦੇਣਾ ਕੋਈ। ਉਹ ਕੌਣ ਸੀ ਘੋੜੀ ਵਾਲੇ ਕੋ ਪਤਾ? ਅੱਲਾ ਹੀ ਬਣਦਾ, ਅੱਲਾ ਨੇ ਭੇਜੇ ਉਹਨਾਂ ਦੇ ਬੰਦੇ ਉੱਥੋਂ ਆਉਂਦੇ, ਉੱਥੋਂ ਦੇ ਸਰਦਾਰ ਹੋਣੇ ਕੋਈ, ਜਿਹੜੇ ਪੁੱਛਦੇ ਦੱਸਦੇ ਉਹਨਾਂ ਨੇ। ਅਖੀਰ ਉਹਨਾਂ ਘੰਟਾ ਕੁ ਪਹੁੰਚਦੇ ਰਹੇ, ਉਹਨਾਂ ਨਾਲ ਬਹਿੰਦੇ ਬੂੰਹਦੇ ਰਹੇ। ਅਖੀਰ ਉਹਨਾਂ ਕਿਹਾ ਚਲੇ ਜਾਓ ਪਾਸੇ ਵਜੇ, ਤੁਰੋ ਬਈ ਤੁਸੀਂ। ਉਹਨਾਂ ਇੱਕ ਘੋੜੀ ਪਿੱਛੇ ਕਰ ਲਈ, ਇੱਕ ਪਿੱਛੇ ਅੱਗੇ ਕਰ ਲਈ, ਤੁਰ ਪਏ ਅਸੀਂ। ਤੁਰੇ ਗਏ ਜਦੋਂ ਕੋਈ, ਅਸੀਂ 2-2.5 ਮੀਲ ਗਏ ਨਾ, ਉਹ ਫਿਰ ਆ ਗਏ, ਫਿਰ ਘੇਰ ਲਏ। ਉਹਨਾਂ ਨੂੰ ਕਿਹਾ ਵੀ ਗੱਲ ਸੁਣੋ, ਜਦੋਂ ਤੁਹਾਨੂੰ ਅਸੀਂ ਇੱਕ ਵਾਰੀ ਕਿਹਾ ਸੀ ਜੀ ਮਾਰਨ ਨਹੀਂ ਦੇਣਾ ਕੋਈ, ਨਾ ਕੋਈ ਇਹਨਾਂ ਦਾ ਨੁਕਸਾਨ, ਨੁਕਸਾਨ ਤਾਂ ਸਾਡੇ ਕੋਲ ਕੁਛ ਨਹੀਂ, ਨੁਕਸਾਨ ਸਾਡਾ ਕੀ ਹੋਣਾ, ਜਾਨੀ ਨੁਕਸਾਨ ਜਾਨੀ ਇਹ ਨਹੀਂ ਹੋਣ ਦੇਣਾ ਅਸੀਂ। ਖੈਰ ਫਿਰ ਉਹ ਘੰਟਾ ਬੈਠਦੇ ਰਹੇ, ਜਿੱਦਾਂ ਨਹੀਂ ਖੜੇ ਆਲੇ ਦੁਆਲੇ, ਇੱਦਾਂ ਉਹ ਖਲੋ ਜਾਂਦੇ ਸੀ ਆਲੇ ਦੁਆਲੇ। ਉਹਨੇ ਕਿਹਾ ਤੁਸੀਂ ਲਾਗੇ ਨਹੀਂ ਲੱਗਣਾ ਇਹਨਾਂ ਦੇ। ਅਖੀਰ ਕਰਦਿਆਂ ਕਰਾਉਂਦਿਆਂ ਜੋ ਸੁਬਾਹ ਨੂੰ ਪੈਰ ਫਟੀ ਨਾ, ਅੱਗੇ ਮੁਸਲਮਾਨ ਦੇ ਪਿੰਡ ਆ ਗਏ, ਨਦੀ ਆਉਂਦੀ ਸੀ ਪਾਣੀ, ਜਿਹੜਾ ਪਹਾੜਾਂ 'ਚ ਪਾਣੀ ਆਉਂਦਾ ਸੀ ਨਾ, ਨਦੀ ਕਹਿੰਦੇ ਸੀ ਉਹਨੂੰ, ਉਹਦੇ ਕਿਨਾਰੇ 'ਤੇ ਉਹ ਖਲੋ ਗਿਆ। ਉਹਨਾਂ ਇਹ ਗੱਲ ਕਹੀ ਪਹਿਲਾਂ ਵੀ ਇੱਥੇ ਤੱਕ ਸਾਡੀ ਵਾਹ ਸੀ, ਹੁਣ ਅੱਗੇ ਤੁਹਾਡੇ ਮੁਸਲਮਾਨਾਂ ਦੇ ਪਿੰਡ ਹੈ, ਅੱਗੇ ਅੱਲਾ ਵਾਰਸ ਹੈ ਤੁਹਾਡਾ, ਉੱਧਰ ਜੋ ਚਲੇ ਜਾਓ। ਉੱਥੇ ਛੱਡ ਕੇ ਜੀ ਸਾਨੂੰ ਤੋੜ ਕੇ ਉਹਨੇ ਜਦੋਂ ਦੇਖਿਆ ਉਹ ਮੁਸਲਮਾਨ ਦੇ ਪਿੰਡ ਦੇ ਲਾਗੇ ਜਾ ਰਹੇ, ਉਦੋਂ ਮੁੜ ਗਏ ਵਾਪਸ ਚਲੇ ਗਏ, ਕੋਈ ਨੁਕਸਾਨ ਨਹੀਂ ਹੋਇਆ। ਅੱਗੇ ਅਸੀਂ ਗਏ ਹਾਂ ਤਾਂ ਜਿਹੜਾ ਪਹਿਲਾਂ ਪਿੰਡ ਆ ਉਹ ਵੀ ਉੱਜੜਿਆ ਫਿਰਦਾ, ਤੂਆ ਵੀ ਤੀਆ ਵੀ ਯਾਨੀ ਸਾਰੇ ਤੁਰੇ ਫਿਰਦੇ। ਉੱਥੋਂ ਪਹਾੜ ਆ ਗਿਆ, ਪਹਾੜ 'ਚ ਵੜ ਗਏ। ਪਹਾੜ ਤੋਂ ਅੱਗੇ ਹੈਗਾ ਜਿਹੜਾ ਚੰਡੀਗੜ੍ਹ, ਜਿਹੜਾ ਤੁਸੀਂ ਬਣਾਇਆ ਹੁਣ ਇਹਨਾਂ ਨੇ ਉੱਥੇ ਚੰਡੀਗੜ੍ਹ ਨਹੀਂ, ਉਦੋਂ ਇੱਥੇ ਸੀਮਿੰਟ ਦਾ ਕਾਰਖਾਨਾ ਸੀ ਅਤੇ ਗੱਡੀ ਦੀ ਲਾਈਨ ਸੀ ਉੱਥੇ, ਅਤੇ ਬਾਕੀ ਕਾਲਕਾਂ ਨੂੰ ਜਾਂਦੀ ਸੀ ਸੜਕ ਪੱਕੀ, ਹੋਰ ਸੜਕਾਂ ਕੋਈ ਨਹੀਂ, ਉਹੀ ਸੜਕ ਸੀ ਕਾਲਕਾਂ ਨੂੰ ਜਾਂਦੀ। ਉੱਥੋਂ ਅਸੀਂ ਨਾ ਨਹੀਂ ਖਲੋਤੇ ਉੱਥੇ, ਉੱਥੋਂ ਹੋਰ ਦੁਨੀਆ ਹੋ ਗਈ ਇਕੱਠੀ, ਹੋ ਗਿਆ 10-20-50,000 ਜੀ ਲੜ ਗਿਆ। ਅਗਲਾ ਪਹਾੜ ਵੱਡਾ ਹੋ ਗਿਆ, ਹਾਂ ਕਾਫਲਾ ਵੱਡਾ ਹੋ ਗਿਆ। ਕਾਫਲੇ ਤੋਂ ਪਹਿਲਾਂ ਹੀ ਉਹਨੇ ਹਥਿਆਰ ਤਾਂ ਲੈ ਲਏ ਸੀ, ਜਿਹੜੇ ਸਿਆਣੇ ਸੀ ਨਾ ਸਾਡੇ, ਉਹ ਤਾਂ ਪਹਿਲਾਂ ਹੀ ਮਹੀਨਾ ਲੈ ਲਏ ਸੀ। ਉਹ ਪਹਾੜ ਜੀ ਆ ਬੜੇ ਉੱਥੇ, ਕੁਦਰਤ ਅੱਲਾ ਦੀ ਹੋਣਾ, ਕੋਈ 2-2.5 ਲੱਖ ਬੰਦਾ ਜਿਹੜਾ ਉਹਦੇ 'ਚ ਜਾ ਵੜਿਆ। ਉਹਦੇ 'ਚ ਅਸੀਂ ਰਹੇ 15 ਦਿਨ, ਪਹਾੜਾਂ 'ਚ ਮੀਂਹ ਮੂੰਹ ਪੈ ਰਹਿਣਾ, ਦਰਖਤਾਂ ਥੱਲੇ ਬੈਠੇ ਰਹਿਣਾ। ਜਿਹੜੇ ਲੋਕ ਉੱਥੇ ਦੇ ਸੀ ਹਿੰਦੂ ਗੁਜਰ, ਉਹਨਾਂ ਦਾ ਵਾਕਫ ਸੀ, ਉਹਨੇ ਛੱਡੀਆਂ ਛੁੱਡੀਆਂ ਲਿਆਉਣੀਆਂ, ਆਪਣੇ ਜੀਆਂ ਨੂੰ ਖੜਾ ਦੇਣੀਆਂ। ਅਸੀਂ ਤਾਂ ਉੱਦਾਂ ਹੀ ਸੀ, ਜੇ ਕਿਤੇ ਲੱਭ ਗਈ ਨਹੀਂ ਤਾਂ ਨਾ ਸਹੀ। ਉੱਥੋਂ ਕਰਦਿਆਂ ਕਰਾਉਂਦਾ ਅਸੀਂ 4 ਦਿਨ ਬਾਅਦ ਅਸੀਂ ਅਗਲੇ ਸਿਰੇ ਪਹੁੰਚੇ। ਉੱਥੇ 18 ਪਿੰਡ ਇਹਦੇ ਮੁਸਲਮਾਨਾਂ ਦੇ ਇਕੱਠੇ ਹੋ ਕੇ ਗਾਫਲਾ ਬਣਾਇਆ ਵਾ ਉਹਨਾਂ, ਯਾਨੀ ਇਕੱਠੇ ਹੋ ਕੇ ਨਾ ਗਾਫਲਾ ਬਣਾ ਲਿਆ। ਉਹਨਾਂ ਜਦੋਂ ਸ਼ਾਮਾਂ ਪਈਆਂ ਨੇ, ਜਿਹੜੇ ਪਿੰਡ ਖਾਲੀ 2 ਕਰਕੇ ਆਏ ਸੀ, ਇਕੱਠੇ ਹੋ ਗਏ ਨਾ ਉੱਥੇ, ਉੱਥੇ ਅੱਗ ਲਾਈ। ਇੱਧਰ ਨੂੰ ਇਹ ਚੜ੍ਹੇ, ਇਹਨਾਂ ਨੂੰ ਉਹਦੇ 4 ਪਿੰਡ ਫੂਕ ਦਿੱਤੇ। ਹਨੇਰਾ ਹੋ ਗਿਆ, ਰਾਤ ਦੇ 9-10 ਵੱਜ ਗਏ। ਕਹਿਣ ਲੱਗੇ ਹੁਣ ਮੁੜ ਚੱਲੋ, ਸਵੇਰੇ ਚੜਾਂਗੇ। ਮੁਸਲਮਾਨ ਕਹਿੰਦੇ ਵੀ ਸਵੇਰੇ ਹੁਣ ਕਰਾਂਗੇ। ਉਹਦੇ ਨੱਡ ਉੱਠ ਗਏ, ਕੁਛ ਬੰਦੇ ਮਰੇ, ਕੁਛ ਇਹਨਾਂ ਦੇ ਵੀ ਮਰੇ ਉਸ, ਅਤੇ ਉਹ ਚਲੇ ਗਏ। ਮੁੜ ਕੇ ਸਵੇਰ ਨੂੰ ਰਾਤ ਜਿਹੜਾ ਪਟਿਆਲੀਆ ਸੀ ਨਾ ਰਾਜਾ, ਮਹਾਰਾਜਾ ਪਟਿਆਲਾ, ਹਾਂ, ਇਹ ਫੌਜ ਭੇਜਦਾ ਸੀ ਸਵੇਰ ਨੂੰ ਜਦੋਂ ਸੂਰਜ ਚੜ੍ਹਦੇ ਨੂੰ, ਇਹਨੂੰ ਫੌਜ ਭੇਜਦੀ 4 ਸਵੇਰੇ ਪਿਛੀ ਨਿਕਲਣਾ ਲਾਣੀਆਂ। ਗਾਫਲਾ ਹੋਣਾ ਉੱਥੇ ਕੋਈ 2-4 ਲੱਖ ਦਾ ਇਕੱਠਾ ਹੋਇਆ ਵਾ, ਚੰਗੀ ਆਵਾਮ ਇਕੱਠੀ ਹੋਈ, ਬਹੁਤ ਕੋਈ 40-40 ਮੀਲ ਤੱਕ ਦੁਨੀਆ ਇਕੱਠੀ ਹੋ ਗਈ ਨਾ, ਜਿੱਦਾਂ ਜਿੱਦਣ ਉਹ ਆਇਆ, ਇੱਧਰ ਉਹ ਇੱਧਰ ਹੀ ਆ ਗਏ, ਉੱਧਰ ਦੇ ਸਾਰੇ ਆ ਗਏ। ਉੱਥੇ ਆ ਕੇ ਉਹਨੂੰ ਸਵੇਰ ਨੂੰ ਫੌਜ ਭੇਜ ਦਿੱਤੀ, ਤੜਕੇ ਰਾਤ ਸਵੇਰ ਨੂੰ ਉਹਨੇ ਆਲੇ ਦੁਆਲੇ ਮਸ਼ੀਨਾਂ ਲਾਣੀਆਂ, ਫੌਜ ਸੀ ਉਹਦੇ ਕੋਲ। ਅਤੇ ਦਿਨੇ ਉਹਨਾਂ ਨੇ ਆ ਕੇ ਨਾ, ਇਹ ਘੋੜੀ ਵਾਲਾ ਆਇਆ, ਉਹਨੇ ਸਾਨੂੰ ਸਾਰਾ ਪਤਾ, ਉਹਨੇ ਝੰਡਾ ਆਪਣਾ ਸਾਡਾ ਇੱਕ ਝੰਡਾ ਆਪਣਾ 2 ਲਏ। ਉਹਨੇ ਕਿਹਾ ਸਾਡੀ 16, ਤੁਸੀਂ ਐਂ ਕਰੋ ਗਾਫਲਾ ਤੋੜ ਦਿਉ, ਵਿੱਚੋਂ 2-3 ਕਰ ਦਿੱਤੇ। ਜਿਹੜਾ ਤਾਂ ਗਿਆ, ਜਿਹੜੇ ਜਾਦਲੂਰ ਸੀ ਖੁਸ਼ੀ, ਇਹ ਗਾਫਲਾ ਹੋਣਾ ਕੋਈ 4 ਕੁ ਲੱਖ ਦਾ, ਇਹਦੇ ਵਿੱਚ ਬੰਦਾ ਬਚਿਆ ਕੋਈ ਉਹ।
ਇਹ ਤਾਂ ਫਿਰ ਉਹਨੇ ਮਾਰਿਆ, ਅਸੀਂ ਮੁੜ ਕੇ ਪਹਾੜ 'ਚ ਵੜ ਗਏ। ਫਿਰ ਫਿਰ ਪਹਾੜ 'ਚ ਰਹੇ ਅਸੀਂ 15-16 ਦਿਨ ਅਤੇ ਉਹਨੇ ਫਿਰ ਇਹਨੇ ਪਹਾੜ, ਜਿਹੜਾ ਪਟਿਆਲੀ ਰਾਜਾ ਸੀ ਨਾ, ਉਹਨੇ ਕਿਹਾ ਇਹਨੇ ਪਹਾੜ 'ਚੋਂ ਕੱਢੋ ਅਤੇ ਇਹਨੂੰ ਕਹੋ ਅਮਨ ਹੋ ਗਿਆ, ਤੁਸੀਂ ਬਾਹਰ ਨਿਕਲਿਆ ਹੋ। ਅਤੇ ਉੱਥੇ ਫਿਰ ਆ ਜਿਹੜਾ ਚੰਡੀਗੜ੍ਹ ਸੀ ਨਾ, ਉੱਥੇ ਇਹਦਾ ਥਾਣਾ ਸੀ, ਉਹਨੇ ਕਿਹਾ ਅੰਗਰੇਜ਼ੀ ਵਾਲੇ ਇੱਧਰ ਹੋ ਜਾਓ, ਰਿਆਸਤ ਵਾਲੇ ਇੱਧਰ ਹੋ ਜਾਓ, ਅਲੱਹਦਾ ਅਲੱਹਦਾ ਕਰ ਲਏ। ਉਹਨੇ ਦਿਨ ਡੁੱਬ ਗਿਆ ਉੱਥੋਂ, ਦਿਨ ਡੁੱਬ ਗਿਆ ਜੀ। ਹੁਣ ਉਹਨੇ ਕਿਹਾ ਜੀ ਤੁਹਾਡਾ ਵਾਲੀ ਵਾਰਸ ਕੋਈ ਨਹੀਂ, ਤੁਸੀਂ ਅੰਗਰੇਜ਼ੀ ਵਾਲੇ ਜਿਹੜੇ ਹੁਣ 2-2.5-3 ਲੱਖ ਆਦਮੀ ਹੋਣਾ, ਇੰਨਾ ਕੁ ਅੰਦਾਜ਼ਨ। ਬਾਕੀ ਉਹਨੇ ਕਿਹਾ ਜੀ ਉਹਨਾਂ ਨੂੰ ਰਿਆਸਤ ਵਾਲੇ ਜਿਹੜੇ ਪਿੰਡਾਂ ਵਾਲੇ ਸੀ ਨਾ, ਉਹਨੇ ਕਿਹਾ ਤੁਹਾਡਾ ਆਮਣੇ ਤੁਸੀਂ ਚਲੇ ਜਾਓ ਪਿੰਡਾਂ ਨੂੰ, ਉਹ ਆਪਣਾ ਜਿਹੜਾ ਉਹਨੇ ਕਰਨਾ ਕਰਿਆ ਉਹਨੇ ਨਾਲ। ਅਜੇ ਬੈਠੇ ਹੀ ਹੈ ਸੋਚਦੇ ਵੀ ਹੁਣ ਦਿਨ ਡੁੱਬ ਗਿਆ, ਰਾਤ ਪੈ ਗਈ, ਕੀ ਬਣੂਗਾ। ਇੱਕ ਬੰਦਾ ਅੱਲਾਹ ਦਾ ਆਇਆ, ਉਹਨੇ ਕਿਹਾ ਤੁਸੀਂ ਐਂ ਕਰਿਓ ਇੱਥੇ ਬੈਠੇ ਰਹੋ ਅਤੇ ਉੱਠਣਾ ਨਹੀਂ, ਤੁਹਾਨੂੰ ਇਹ ਕਹਿਆ ਵੀ ਤਾਂ ਵੀ ਨਾ ਉੱਠੇ। ਅਤੇ ਕਾਲਕਾਂ ਕੰਪ ਲੱਗ ਗਿਆ ਪਰਸੋਂ ਦਾ, ਅਤੇ ਫੌਜ ਮਿਲਟਰੀ ਆ ਉੱਥੇ, 5 ਸਿਪਾਹੀ ਹੈ ਸਾਡੇ, ਸਾਡੀ ਫੌਜ ਦੇ, ਅਤੇ ਮੈਂ ਉਹਨਾਂ ਨੂੰ ਦੱਸਦਾ ਜਾ ਕੇ, ਉਹ ਤੁਹਾਨੂੰ ਲੈ ਜਾਓ, ਬਾਕੀ ਤੁਹਾਡਾ ਜੀ ਕੋਈ ਨਹੀਂ ਜਾਣਾ ਗਾ। ਉਹ ਗਿਆ ਜਾ ਕੇ ਉਹਨੇ ਦੱਸਿਆ ਉੱਥੇ, ਉਹ ਆ ਗਏ 3 ਆਦਮੀ ਫੌਜੀ, ਬਲੋਚ ਸੀ, ਬਲੋਚ ਫੌਜ ਸੀ। ਉਹਨਾਂ ਇੱਕ ਮੂਹਰੇ ਹੋ ਗਿਆ, ਇੱਕ ਪਿੱਛੇ ਹੋ ਗਿਆ, ਇੱਕ ਮੱਖੀ 'ਤੇ ਹੋ ਗਿਆ, ਬਾਹਰ ਜਿੱਦਾਂ ਨਹੀਂ ਖੜ੍ਹੇ ਹੈ ਬਾਹਰ, ਇੱਦਾਂ ਨਾ ਉਹ ਉੱਥੇ ਦੇ ਜਿਹੜੇ ਮਾਰਨ ਮਾਰਨ ਹੈ ਸਿੱਖ ਅਤੇ ਸਾਰੇ ਇੱਦਾਂ ਖੜ੍ਹੇ। ਉਹਨਾਂ ਨੇ 1-2 ਫਾਇਰ ਕੀਤੇ, ਅਖੇ ਨਠਾਣ ਦਿੱਤੇ, ਸਾਨੂੰ ਕੈਂਪ 'ਚ ਲੈ ਗਏ ਰਾਤ ਦੇ 9 ਦਾ 10 ਹੋਣਾ ਮੇਰਾ ਖਿਆਲ। ਕਿੱਥੇ ਸੀ ਕੈਂਪ? ਕੈਂਪ ਕਾਲਕਾਂ, ਕਾਲਕਾਂ ਕੈਂਪ ਲੱਗਾ। 2 ਦਿਨ ਹੋਏ ਸੀ ਕੈਂਪ ਨੂੰ, 3 ਦਿਨ ਉੱਥੇ ਲੈ ਗਏ। ਉੱਥੇ ਜਾਂਦਿਆਂ ਉਹਨਾਂ ਨੇ ਸਾਨੂੰ ਚੌਲ ਦਿੱਤੇ, ਬਾਲਣ ਬੂਲਣ ਜਿਹੜੇ ਬੈਠੇ ਸੀ ਨਾ 2-4 ਦਿਨ ਤੋਂ, ਉਹਨਾਂ ਬੜਾ ਜਮ੍ਹਾਂ ਲਿਆ ਕੇ ਬਾਂਸ ਬੂੰਸ ਸੁੱਕਾ, ਉਹਨੇ ਕਹਿ ਨਾ ਨਿਆਣਿਆਂ ਨੂੰ ਬੱਚਿਆਂ ਨੂੰ ਚੌਲ ਲੈ ਲਓ, ਆਵਾਜ਼ ਵਾਲ ਖਿਲਾਓ। ਸਵੇਰ ਨੂੰ ਫਿਰ ਉਹ ਰਾਸ਼ਨ ਦਿੱਤਾ ਉਹਨਾਂ ਨੇ ਸਭ ਨੂੰ, ਕੋਈ ਤੰਗੀ ਨਹੀਂ। ਸਵੇਰ ਨੂੰ ਉਹਨਾਂ ਕੀ ਕਰਨਾ, ਇੱਕ ਬੰਦਾ ਇੱਧਰ ਜਾ ਖੜੋ ਤਾਂ 2 ਮੀਲ ਇੱਧਰ 4 ਸਵੇਰੇ ਖਲੋ ਜਾਣਾ, ਬਾਕੀ ਉਹਨੇ ਕਹਿਣਾ ਜੋ ਮਰਜ਼ੀ ਅੰਦਰ ਪਕਾਓ ਖਾਓ, ਜੋ ਮਰਜ਼ੀ ਤੁਸੀਂ ਕਰੋ। ਅਤੇ ਜਦੋਂ ਹੋਏ ਨਾ ਸਾਨੂੰ 5 ਦਿਨ ਕੋਈ ਰੁਕਾਵਟ ਨਹੀਂ, 2 ਖੂਹ ਸੀ 3 ਵਿੱਚ, ਜਿੱਥੋਂ ਮਰਜ਼ੀ ਪਾਣੀ ਭਰੀਏ ਕੋਈ ਰੁਕਾਵਟ ਨਹੀਂ। ਜਦੋਂ 3-4 ਦਿਨ ਉਹ ਬਦਲ ਗਏ, ਉੱਥੇ ਆ ਗਿਆ ਗੋਰਖਾ ਮਿਲਟਰੀ, ਹਿੰਦੂਆਂ ਦੀ ਗੋਰਖਾ ਮਿਲਟਰੀ, ਛੋਟੇ ਸੀ। ਉਹਨਾਂ ਸਵੇਰ ਤੋਂ ਖੂਹਾਂ 'ਤੇ ਪਹਿਰਾ ਲਾ ਦਿੱਤਾ, ਪਾਣੀ ਨਹੀਂ ਪੀਣ ਦਿੱਤਾ ਕਿਸੇ ਨੂੰ ਨਹੀਂ, ਜੇ ਜਾਵੇ ਪਾਣੀ ਡੰਡਾ ਫੇਰ ਪਿੱਛੇ, ਪਾਣੀ ਨਹੀਂ। ਆਜ ਭਾਦੋਂ ਦਾ ਮਹੀਨਾ, ਜਿਹੜੇ ਦਿਨ ਆਉਣਾ ਇਹੋ ਦਿਨ ਸੀ, ਅਤੇ ਉਹਨਾਂ ਪਾਣੀ ਨਹੀਂ ਸ਼ਾਮ ਤੱਕ ਪੀਣ ਦਾ, ਤੜਫ ਗਈ ਦੁਨੀਆ ਪਾਣੀ ਤੋਂ ਤੰਗ ਆ ਗਈ। ਖੂਹਾਂ 'ਤੇ ਪਾਣੀ ਸੀ, 3 ਖੂਹ ਸੀ ਉਹਦੇ ਅੰਦਰ ਅੰਦਰ, ਉਹਨਾਂ ਨੇ ਪਾਣੀ ਪੀਣ ਦਿੱਤਾ। ਜਦੋਂ ਸ਼ਾਮਾਂ ਪਈਆਂ ਦੁਨੀਆ ਤੜਫ ਗਈ, ਬੁਰੇ ਹਾਲ ਬਾਂਕੇ ਦਿਹਾੜੇ, ਉਹਨਾਂ ਨੂੰ ਕੀ ਉਹ ਡੰਡਾ ਫੇਰ ਨਹੀਂ ਜਿਹੜਾ ਉਹਦੇ 'ਤੇ ਜਾਵੇ। ਜਦੋਂ ਰਾਤ ਦੇ ਵਜੇ ਨਾ 3 ਐਲਾਨ ਹੋ ਗਿਆ ਵੀ ਗੱਡੀ ਲੱਗ ਗਈ, ਟ੍ਰੇਨ ਲੱਗ ਗਈ, ਅਤੇ ਤੁਸੀਂ ਹੁਣ ਐਂ ਕਰੋ ਵੀ ਦਵਾ ਦਵਾ ਚੜ੍ਹ ਜਾਓ। ਉਹ ਫਿਰ ਟ੍ਰੇਨ ਹੋਣੀ ਲੰਮੀ, ਕੋਈ 2-3 ਮੀਲ ਲੰਮੀ, ਉਹਦੇ ਦੁਨੀਆ ਉੱਤੇ ਲੱਟ ਗਈ, ਥੱਲੇ ਵੜ ਗਈ, ਕਿਹੜੇ ਛੱਤ 'ਤੇ ਵੀ 4 ਸਵੇਰੇ। ਤੁਹਾਨੂੰ ਯਾਦ ਹੈ ਤੁਸੀਂ ਕਿੱਥੇ ਸੋ ਟ੍ਰੇਨ 'ਤੇ? ਹੈਂ, ਕਿੱਥੇ ਸੋ ਟ੍ਰੇਨ 'ਤੇ ਤੁਸੀਂ? ਤੁਹਾਨੂੰ ਯਾਦ ਹੈ ਛੱਤ 'ਤੇ ਕਿ ਵਿੱਚ ਸੋ? ਨਹੀਂ, ਅਸੀਂ ਲੱਟ ਕੇ ਵਿੱਚੇ ਹੀ, ਕਿਹੜੇ ਜਗ੍ਹਾ ਕਿੱਥੇ ਲੱਭਦੀ ਸੀ ਉੱਥੇ, ਇੱਦਾਂ ਹੀ ਇੱਕ ਦੂਜੇ ਦੇ ਜੱਪੀਆਂ ਪਾ ਕੇ ਖੜ੍ਹੇ ਰਹੇ। ਜਦੋਂ ਗੱਡੀ ਪਹੁੰਚੀ ਅੰਬਾਲੇ, ਅੰਬਾਲੇ ਸਾਡੇ ਉੱਥੇ 2 ਸਿੱਖਾਂ ਦੇ ਮੁੰਡੇ ਕੋਈ ਨਾਲ ਉੱਥੇ ਨੌਕਰੀ ਕਰਦੇ ਸੀ, ਜਿਹੜੇ ਪਿੰਡ ਦੇ ਵਾਹਵਾ ਤਕੜੇ ਮੁੰਡੇ, ਉਹ ਗੱਡੀ ਦੇ ਨਾਲ ਨਾਲ ਆਉਣ ਤੁਰੇ। ਅਤੇ ਕੋਈ ਜਦੋਂ ਉਸ ਡੱਬੇ 'ਤੇ ਆਏ, ਉੱਥੇ ਜਿਹੜੇ ਸਾਡੇ ਬੰਦੇ ਸੀ 2-3 ਸਿਆਣੇ, ਬਾਕੀ ਉੱਧਰ ਰਹੇ ਅਜੇ ਖੇਲਣ ਗਏ ਉੱਧਰ। ਉਹਨਾਂ ਨੇ ਦੱਸਿਆ ਪੁੱਛਿਆ ਵੀ ਉਹਨਾਂ ਨੇ ਦੱਸਿਆ ਵੀ ਐਂ ਕਰਿਓ, ਅਸੀਂ ਇੰਨੇ ਜੀ ਹਾਂ ਜਿਹੜੇ ਚਲੇ ਚੱਲੇ, ਬਾਕੀ ਸਾਨੂੰ ਨਹੀਂ ਪਤਾ ਦੁਨੀਆਂ ਦਾ ਕਿਤੇ ਹੈ ਕੋਈ, ਜੇ ਹੋਇਆ ਕੋਈ ਉਹਨੂੰ ਦੱਸ ਦਿਓ। ਚਲੋ ਉੱਥੇ ਗੱਡੀ ਖੜ੍ਹੀ, 2-2.5 ਘੰਟੇ ਖੜ੍ਹੀ ਅੰਬਾਲੇ ਖੜ੍ਹੀ ਰਹੀ, ਉੱਥੋਂ ਚੱਲੀ ਗੱਡੀ ਆ ਕੇ ਇੱਥੇ ਆ, ਜਿੱਥੇ ਆ ਨਹੀਂ ਆਪਣਾ ਸਟੇਸ਼ਨ ਆਖਰੀ ਜਿਹੜਾ ਇੱਥੇ ਲਾਹੌਰ, ਨਹੀਂ ਲਾਹੌਰ ਨਹੀਂ, ਪਰਲਾ ਜਿਹੜਾ ਹਿੰਦੁਸਤਾਨ ਦਾ ਸਟੇਸ਼ਨ ਅੰਮ੍ਰਿਤਸਰ, ਨਹੀਂ ਆ ਜਿਹੜਾ ਅਟਾਰੀ ਜਿਹੜੀ ਕਹਿੰਦੇ ਅਟਾਰੀ, ਉੱਥੇ ਗੱਡੀ 3 ਦਿਨ ਖੜ੍ਹੀ ਰਹੀ ਸਾਡੀ, ਕੋਈ ਇੰਤਜ਼ਾਮ ਨਹੀਂ, ਕੋਈ ਨਹੀਂ, ਪਾਣੀ ਨਾ ਲੱਭੇ ਕਿਸੇ ਨੂੰ ਪੀਣ ਨੂੰ, ਬੁਰੇ ਹਾਲ। ਉਹ ਜਿਹੜਾ ਅੰਗਰੇਜ਼ ਸੀ ਨਾ, ਫੌਜ ਜਿਹੜੀ ਨਾਲ ਤੋਰੀ ਸੀ ਉਹਨਾਂ ਨੇ, ਉਹ ਚਲੀ ਗਈ, ਇੰਜਣ ਵੀ ਲਾ ਲੈ ਗਏ, ਉਹ ਵਿਚਾਰਾ ਫਿਰੇ ਨੱਠਿਆ ਭੱਜਿਆ, ਹਮਾਰੀ ਫੌਜ ਹਮਾਰੇ ਦੇ ਖਿਲਾਫ ਹੋ ਗਈ। ਉਹ ਪਾਣੀ ਨਾ ਕਿਸੇ ਨੂੰ ਪੀਣ ਦੇਣ, ਨਾ ਉਤਰਨ ਦੇਣ ਕਿਸੇ ਦੇ, ਉਹ ਪ੍ਰੋਗਰਾਮ ਸੀ ਨਾ ਗੱਡੀ ਵੱਢਣ ਦਾ, ਭਾਈ ਮਾਰ ਦੇਣੀ ਕੋਈ ਵੀ, ਅੱਗੇ ਵੀ ਗੱਡੀ ਵੱਢੀ ਸੀ। ਉਹ ਫਿਰ ਇੰਨੇ ਨੂੰ ਆਹ ਵੇਲਾ ਹੋਇਆ ਨਾ, ਜੇ ਫਿਰ ਆਹ ਆਏ ਤਾਂ ਵੀ ਹੋਰ ਥੱਲੇ, ਸਾਡੀ ਫੌਜ ਆਈ ਫਿਰ ਬਰਮਾ 'ਚ ਸੀ, ਫੌਜ ਸਾਡੀ ਰੁਕੀ ਅੰਗਰੇਜ਼ ਦੇ ਜ਼ਮਾਨੇ ਦੀ, ਉਹ ਗੱਡੀ ਆਈ ਪਿੱਛੋਂ, ਦੁਨੀਆ ਉਹਦੇ ਮੂਹਰੇ ਹੋ ਗਈ, ਉਹਨੂੰ ਇੰਜਣ ਲੱਗਾ, ਦੋ ਉਹਨੇ ਦੱਸਿਆ ਕਿਆ
क्या गल है, उन्हें दस तीन दिन हो गए खड़े, ना कोई पानी पीन का ना कोई इंतजाम है साडा। उन्हें उस वेले उन्हें सद्या जरा वह सिरबरा सी भी ये क्यों खड़ी गड्डी इतने अगे क्यों नहीं गई। उन्हें जद इंजन मंगाया इंजन ला दिता गड्डी तो उन्हें कहा भी मोहरे तोड़ो ये जरा गड्डी वाला से कहता भी तुम मोहरे तोड़ो। उन्होंने पता थी कि अगे दुनिया बहुत है गड्डी लुट्टन वाली मारन वाली। बस उन्हें पता हूँ हथियार कोल सी फौज सी पूरी गड्डी भरी हुई तो वह मोहरे हो गए साड़ी गड्डी पिछे आ गई तो आ गए इतने लाहौर पहुँचे। जब साढ़े स्टेशन से उन्हें गड्डा इंजन तोड़िया वो नट गए सानू कैंप च भेज दिता। कैंप च रात दो रात रहे असी उतों उन्हें ऐलान कर दिता भी गड्डिया ट्रक जाओ जिन्हें किसी लाल पर जाना जिन्हें सरगोदे जाना जिन्हें इधर जाना जिधर भी जाना तुम बह नहीं सी देंदे बी जानी दुए दिन तोड़ देने जिन्हें आने पिछों। असी उतों आए फैसलाबाद उदों घंटा घर ही सी होर तो कोई शह नहीं सी तो साड़ी ताई सी वह मर गई उत्थे ईशा का टाइम सी उत्थे गया सी साडे कोल वो पता करके पत्ते पुते जो उत्ते दे दिते ते इत्थे किते साडा जिहड़ा भरा सी आ फजला सी जिहड़ा इहदे नानके सी आए हुए इत्थे तांदले पहला सिखां दे छाट तांदले धांगला समाणा धांगला तीन चार पिंड उत्थे मैं पता करदा चलो होर नहीं कितने जे उन्हें होया कोई दाने टुक पानी तो लभू वो गया और आए दो बंदे नाल आए उत्थे जदों असीं पहुँचे उस वेले पाँच पाँच मील तक सारे आ पिंड उजड़ गया ना गाफला बनया मैं बनिया हुई अपने ढगे बने वे दाना पक्का उत्ते लभ्या होया। असीं सत दिन उत्थे रहे बिच उन्हां दे वो फिर जिहड़ियां साडे इलाके दीआं कुड़ियां सी ना इधर ब्याहियां हुई वो पुछना हूँ भी सानू दसो असी क्या भी साढ़े कोल तो कुछ नहीं तुहानू की दा तुसीं गड्डे लदे हो की पता तुसीं पहुँचना या नहीं पहुँचना ये तो अल्लाह जानदा। सत्ती दिन वो गाफला तोड़े ने रात नूं सुबह अल्लाह फिर अगे जानदा भी पहुँच गए या नहीं पहुँचे ये अल्लाह जानदा। सवेर नूं अज पिंड खाली है सारा कोई बंदा नहीं उत्थे सवेर नूं सूरज चढ़दे नहीं ते इन्ने नूं उहनां दा बुढ़ा आया इत्थे कितें समुंदरी दे लागे इत्थे भैन सी उहनां दी इत्थे जिहड़ा साडा पटवारी सी ना हिंदुस्तान लगा होया उहनूं इत्थे आ के लगा इत्थे आ गया उहनां इत्थे पुछिया भी जे कोई बंदा त्यूड़ियां गुजरां नूं लभ दे ना तो उन्हें फार्म देने की जरूरत नहीं मैं उन्होंने खुद दूंगा। उन्हें जाके दसिया उस वे पिंड कोई बंदा नहीं सी असी उत्थे तुर पे रात जरकोट असी सड़क दे आ गए कट्टी सवेर नूं इत्थे आ गए इत्थे आ गए इत्थे उहदे हल्के सी ना आ जटियाणा सताईए वह सवेर नूं आया सानू हाथ हाथ कोई नहीं मिलिया जिथे हुण असी बैठे खाली थां सी बाहर नाल नाल जंगल सी खाली थां सी असी उत्थे बह बूए तो वह आया उन्हें आके सवेर नूं ना कहन लगा कुड़ियां नूं तुहाडी पगा खिड़ी खड़ी है आ न्याणे नूं कहो जाके गन्ने चूपण भुखे है तो जाओ तुसीं आ लाल दे मरबियां च उन्हें सानू जमीन किला जी दी जी फी जी किला आ लाड कर चलो इस तरह कम चलता रहा। तो हौली हौली फिर पिछले सियाने साढ़े साल बाद आए कैंपा च रुलदे रुलदे साल बाद मां मां बाप साढ़े साल बाद आए ਤੁਹਾਡੇ ਮਾਂ ਪਿਓ ਹਾਂ ਸਾਲ ਬਾਅਦ ਹੋਰ ਵੀ ਕਾਫੀ ਅਤੇ ਚਾਚਾ ਸਾਡਾ ਸੀ ਉਹ ਸਾਡੇ ਨਾਲ ਸੀ ਉਹ ਉਹਦਾ ਕੁੜੀਆਂ ਸੀ ਦੋ ਇੱਕ ਮੈਂ ਸੀ ਮੈਨੂੰ ਫਿਰ ਉਹ ਲਈ ਫਿਰਦਾ ਸੀ ਨਾਲ ਉਹਦਾ ਆ ਗਏ ਉਹ ਚਲੋ ਜ਼ਮੀਨ ਦਾ ਲਾਟ ਹੋ ਗਈ ਪੁੱਛਿਆ ਨਾ ਵੀ ਸਾਲ ਬਾਅਦ ਕਿੱਥੇ ਰੁਲਦੇ ਰਹੇ ਮਾਂ ਪਿਓ ਨੂੰ ਪੁੱਛਿਆ ਨਾ ਕਿੱਥੇ ਕੈਂਪ 'ਚ ਅੱਛਾ ਕੈਂਪ 'ਚ ਰਹੇ ਬਹੁਤ ਕੈਂਪ ਮਰਿਆ ਉਹਦੇ ਪਾਣੀ ਨਹੀਂ ਸੀ ਪੀਣ ਦਿੰਦੇ ਜ਼ਹਿਰ ਪਾ ਦਿੱਤੀ ਫਿਰ ਉਹਨਾਂ ਪਤਾ ਨਹੀਂ ਈਦ ਨੂੰ ਪਾਈ ਆਟਾ ਦਿੱਤਾ ਨੇਰਾ ਕੰਚ ਜਿਹੜਾ ਖਾ ਲੈਂਦਾ ਸੀ ਮਰ ਜਾਣ ਜਿਹੜਾ ਖਾ ਲੈਂਦਾ ਸੀ ਮਰ ਜਾਂਦਾ ਪਾਣੀ ਖੂਹਾਂ ਜ਼ਹਿਰ ਪਾ ਦਿੱਤੀ ਜਿਹੜਾ ਪਾਣੀ ਪੀਂਦਾ ਸੀ ਬਹੁਤ ਦੁਨੀਆ ਮਰੀ ਉੱਥੇ ਸਾਲ ਬਾਅਦ ਇਹ ਫਿਰ ਆਏ ਫਿਰ ਅਸੀਂ ਇੱਥੋਂ ਖੱਤ ਪਾਇਆ ਸਾਡੇ ਸਿਆਣਿਆਂ ਨੇ ਪਿੰਡ ਨੂੰ ਉਹਨਾਂ ਜਾ ਕੇ ਖੱਤ ਦਿੱਤਾ ਵੀ ਇੰਨੇ ਜੀ ਤੁਹਾਡੇ ਉੱਥੇ ਚਲੇ ਗਏ ਬਾਕੀ ਉਹਨਾਂ ਨੂੰ ਨਹੀਂ ਪਤਾ ਫਿਰ ਇੱਕ ਸਾਲ ਬਾਅਦ ਉੱਥੋਂ ਆਏ ਉਰਾ ਸਾਲ ਬਾਅਦ ਉਰਾ ਆਏ ਉਰਾ ਜਦੋਂ ਅਸੀਂ ਸਾਡੇ ਕੋਲ ਸਾਲ ਬਾਅਦ ਆਏ ਉਹ ਔਖੇ ਪਹੁੰਚੇ ਸਾਰੇ ਨਹੀਂ ਫਿਰ ਔਖੇ ਤਾਂ ਕੋਲ ਕੁਛ ਕੁਰਬਾਨੀ ਨੀ ਗਈ ਇੱਥੇ ਆਏ ਅਸੀਂ ਸਾਨੂੰ ਕਹਿੰਦੇ ਗੋਲ ਸਾਡੇ ਕੋਲ ਕੋਈ ਅਸੀਂ ਕਿਆ ਲੈਣਾ ਸੀ ਗੋਲ ਢਾਈ ਮਹੀਨੇ ਬਾਅਦ ਉੱਧਰ ਉਜੜਿਆ ਢਾਈ ਮਹੀਨੇ ਬਾਅਦ ਇੱਥੇ ਪਹੁੰਚੇ ਢਾਈਆਂ ਮਹੀਨੇ ਇੱਥੇ ਤੱਕ ਪਹੁੰਚੇ ਇੱਥੇ ਤੱਕ ਪਹੁੰਚੇ ਜਿਹੜਾ ਉਹ ਬਕਰ ਸੀ ਨਾ
ਉਹਦੇ ਰੋਣਾ ਆ ਜਾਂਦਾ ਵੀ ਉਹ ਆਹ ਉੱਦਾਂ ਦੇ ਵਕਤ ਪਾ ਕੇ ਫਿਰ ਸਾਡੀ ਜ਼ਿੰਦਗੀ ਕਰ ਦਿੱਤੀ ਜਾਂਦੇ ਜੀ ਸਾਡੇ ਰਾਹ 'ਚ ਮਰ ਗਏ ਕੋਈ ਰਾਹ 'ਚ ਉੱਥੇ ਵੱਢੇ ਗਏ ਇਸ ਤਰ੍ਹਾਂ ਰਿਹਾ ਅਤੇ ਉਹਦਾ ਆ ਕੇ ਤਾਂ ਫਿਰ ਅਮਨ ਹੋ ਗਿਆ ਕਿਉਂ ਉਰੇ ਤਾਂ ਇਲਾਕਾ ਹੈ ਲੋਕ ਚਲੇ ਗਏ ਇੱਥੋਂ ਚਲੇ ਗਏ ਅਸੀਂ ਆ ਗਏ ਅਤੇ ਫਿਰ ਤਾਂ ਅਮਨ ਹੀ ਸੀ ਉਰੇ ਮੈਂ ਕਹਿੰਦਾ ਵੀ ਉਹ ਟਾਈਮ ਨਾ ਦਿਖਾਵੇ ਕਿਸੇ ਨੂੰ ਜਿਹੜਾ ਉਹ ਸੀ ਉਦੋਂ ਜਨਾਨੀਆਂ ਬੱਚਿਆਂ ਨੂੰ ਗੋਦੀ 'ਚੋਂ ਖੂਹਾਂ ਸਿੱਟ ਦਿੰਦੀਆਂ ਸੀ ਵੀ ਸਾਡੀ ਜਾਨ ਬਚ ਜਾਏ ਇਹੋ ਜਿਹਾ ਟਾਈਮ ਸੀ ਉਦੋਂ ਉਹ ਕਹਿੰਦੇ ਬੱਚਾ ਰੋਊਗਾ ਇਹਨੂੰ ਪਤਾ ਲੱਗ ਜੂ ਲੁਕਿਆ ਦਾ ਅਤੇ ਉਹ ਖੂਹਾਂ ਸਿੱਟ ਦਿੰਦੀਆਂ ਸੀ ਆਪਣੀ ਜਾਨ ਬਚਾਉਣ ਦੇ ਮਾਰੇ ਇਹੋ ਜਿਹਾ ਹਾਲ ਸੀ ਉਦੋਂ ਉਦੋਂ ਇਹੋ ਜਿਹਾ ਟਾਈਮ ਸੀ ਅਤੇ ਹੁਣ ਆ ਨਵੇਂ ਜਿਹੜੇ ਸਾਡੇ ਪੂ ਜਾਂ ਨਵੇਂ ਨਿਆਣੇ ਇਹਨਾਂ ਨੂੰ ਕੀ ਪਤਾ ਵੀ ਬਾਬੇ ਕਿਵੇਂ ਆਏ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਕਿਆ ਪਤਾ ਅਸੀਂ ਗੱਲ ਕਰਦੇ ਹੁੰਦੇ ਅਕਸਰ ਵੀ ਜਿੰਨੇ ਸੁਣਦੇ ਕਿ ਕਮ ਸੇ ਕਮ ਇਹਨਾਂ ਬਜ਼ੁਰਗਾਂ ਨੂੰ ਜਿਹੜੇ ਲੋਕ ਆ ਜਿਹੜੇ ਬੈਠੇ ਨਾ ਇਹਨਾਂ ਨੂੰ ਜਿਹੜੇ ਅਗਲੀ ਨਵੀਂ ਜਨਰੇਸ਼ਨ ਜਾਂ ਸਾਡੇ ਤੱਕ ਦੀ ਪੀੜ੍ਹੀ ਜਾਂ ਅੱਗੋਂ ਆਉਣ ਵਾਲੇ ਇਹਨਾਂ ਬਜ਼ੁਰਗਾਂ ਕੋਲ ਬਹਿ ਕੇ ਇਹਨਾਂ ਦੀਆਂ ਗੱਲਾਂ ਸੁਣੀਆਂ ਚਾਹੀਦੀਆਂ ਉਹ ਕਹਿੰਦੇ ਤੁਸੀਂ ਕੀ ਕੀਤਾ ਕਿਵੇਂ ਇਹਨਾਂ ਨੇ ਉਹ ਵਕਤ ਵੇਖੇ ਕਿਵੇਂ ਪਾਕਿਸਤਾਨ ਬਹੁਤ ਬੜੇ ਵਕਤ ਸੀ ਕਿਵੇਂ ਆਜ਼ਾਦੀ ਮਿਲੀ ਇਸ ਵੀਡੀਓ ਨੂੰ ਵੇਖਦੀ ਆ ਉਹਨਾਂ ਨਵੀਂ ਜਨਰੇਸ਼ਨ ਨੂੰ ਸਾਡਾ ਪੈਗਾਮ ਕਿ ਕਮ ਸੇ ਕਮ ਥੋੜ੍ਹੀ ਦੇਰ ਇਹਨਾਂ ਬਜ਼ੁਰਗਾਂ ਕੋਲ ਰੋਜ਼ ਬਹੁਤ ਇਹਨਾਂ ਦੀਆਂ ਗੱਲਾਂ ਸੁਣੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਪਾਕਿਸਤਾਨ ਕਿਵੇਂ ਬਣਿਆ ਆਜ਼ਾਦੀ ਕਿਵੇਂ ਮਿਲੀ ਇਹਨਾਂ ਜਿਹੜੀ ਵੰਡ ਹੋਈ ਉਹਦੇ 'ਚ ਇਹਨਾਂ ਦੇ ਕੀ ਨੁਕਸਾਨਾਤ ਹੋਏ ਇਹਨਾਂ ਨੇ ਕਿੰਨੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ ਤਾਂ ਕਿ ਉਹਦੇ ਨਾਲ ਇਹਨਾਂ ਦੀ ਹੌਸਲਾ ਅਫਜ਼ਾਈ ਹੋਏ ਇਹ ਬਜ਼ੁਰਗਾਂ ਨੂੰ ਵੀ ਇੰਨਾ ਹੋਵੇ ਕਿ ਸਾਡੇ ਆਉਣ ਵਾਲੀਆਂ ਨਸਲਾਂ ਆਉਣੀਆਂ ਵੀ ਅਸੀਂ ਕੁਰਬਾਨੀਆਂ ਦਿੱਤੀਆਂ ਅਤੇ ਸਾਡਾ ਕੁਰਬਾਨੀਆਂ ਦਿੱਤੀਆਂ ਪਿਆਰ ਕਰਦੇ ਹਾਂ ਇਹਨਾਂ ਨੂੰ ਵੀ ਅਹਿਸਾਸ ਹੋਵੇ ਇਸ ਤਰ੍ਹਾਂ ਦੀ ਵੀਡੀਓਜ਼ ਜਿਹੜੀਆਂ ਤੁਹਾਡੇ ਸਾਹਮਣੇ ਰੱਖਣ ਦਾ ਮਕਸਦ ਇਹ ਨਹੀਂ ਹੈ ਕਿ ਇਹਨਾਂ ਨੂੰ ਨਫ਼ਰਤ ਨੂੰ ਜਿਹੜਾ ਵਾ ਬੜਾਵਾ ਦੇਣਾ ਜਾਂ ਨਫ਼ਰਤ ਪੈਦਾ ਕਰਨਾ ਬਲਕਿ ਅਕਰੋਸ ਦਾ ਬਾਰਡਰ ਦੋਵਾਂ ਪਾਸੇ ਇਹ ਪੈਗਾਮ ਮੈਸੇਜ ਪਜਾਉਣਾ ਕਿ ਵਕਤ ਲੈ ਕੇ ਦੋਵਾਂ ਪਾਸੇ ਵਾਲਿਆਂ ਨੂੰ ਵੇਖੇ ਕਿ ਕਿਉਂ ਨਾ ਹੁਣ ਵੀ ਆਪਾਂ ਇਹਨਾਂ ਨਫ਼ਰਤਾਂ ਨੂੰ ਇਹਨਾਂ ਦੂਰੀਆਂ ਨੂੰ ਇਹਨਾਂ ਝਗੜਿਆਂ ਨੂੰ ਮਿਟਾ ਦਈਏ ਬਾਰਡਰ ਵੱਜੇ ਰਹਿਣ ਦੋਵੇਂ ਮੁਲਕ ਕਾਇਮ ਰਹਿਣ ਆਪਣੇ ਥਾਂ ਲੇਕਿਨ ਪਿਆਰ ਮੁਹੱਬਤ ਅਤੇ ਅਮਨ ਜੁੜਾ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਡੇ ਸਾਹਮਣੇ ਰੱਖ ਦੇਵਾਂਗੇ ਲੈ ਕੇ ਆਉਂਦੇ ਰਹਾਂਗੇ ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਦੇ ਪੰਜਾਬੀ ਦਾ ਸਾਰੀ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰ ਨੀ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰ